ਹੁਣ ਲੋਬੀ ਵਿੱਚ ਬੈਠ ਕੇ ਸੁਪਨੇ ਸਜਾ ਲੈ ਮੈਂ ਹੈਲੋ ਫਰੈਂਡਸ, ਮੈਂ ਤੁਹਾਡੀ ਆਪਣੀ ਸ਼ਾਲੂ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਅੱਜ ਦੀ ਇੱਕ ਹੋਰ ਵੱਡੀ ਖਬਰ। ਦਰਸ਼ਕੋ, ਤੁਹਾਨੂੰ ਪਤਾ ਹੀ ਹੈ ਕਿ ਟਿਕਟੋਕ ਸਾਡੇ ਪੰਜਾਬੀ ਇੰਡਸਟਰੀ ਦੇ ਲਈ ਇੱਕ ਇਹੋ ਜਿਹਾ ਵਰਦਾਨ ਰਹੀ ਜਿਸ ਨੇ ਕਿੰਨੇ ਹੀ ਲੋਕਾਂ ਨੂੰ ਸਟਾਰ ਬਣਾ ਦਿੱਤਾ। ਟਿਕਟੋਕ ਤੋਂ ਕਿੰਨੇ ਹੀ ਲੋਕ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਆਏ ਅਤੇ ਉਹਨਾਂ ਦਾ ਨਾਮ ਇਸ ਦੁਨੀਆਂ 'ਤੇ ਛਾ ਗਿਆ, ਜਿਵੇਂ ਮੁੱਖ ਮੰਤਰੀ ਜਾਂ ਫਿਰ ਟਿਕਟੋਕ 'ਤੇ ਮਸ਼ਹੂਰ ਬੋਹੇਮੀਆ ਯਾਨੀ ਲੌਂਗੀਆ ਅਤੇ ਹੋਰ ਵੀ ਕਿੰਨੇ ਹੀ ਟਿਕਟੋਕ ਸਟਾਰ। ਐਵੇਂ ਹੀ ਇੱਕ ਕੁੜੀ ਦੀ ਟਿਕਟੋਕ 'ਤੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਿੰਘੇ ਦਾ ਗੀਤ ਗਾਇਆ ਹੋਇਆ ਅਤੇ ਉਸ ਤੋਂ ਇਲਾਵਾ ਵੀ ਉਹਨਾਂ ਨੇ ਕਿੰਨੇ ਜ਼ਿਆਦਾ ਗੀਤ ਗਾਏ, ਪਰ ਉਹਨਾਂ ਦੀਆਂ ਜਿੰਨੀਆਂ ਵੀ ਵੀਡੀਓਜ਼ ਨੇ ਸਾਰੀਆਂ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਇਹ ਵੀਡੀਓਜ਼ ਇੰਨੀਆਂ ਕੁ ਵਾਇਰਲ ਹੋ ਗਈਆਂ ਕਿ ਇਹ ਵੀਡੀਓ ਪਹੁੰਚ ਚੁੱਕੀ ਹੈ ਜੀ ਹੁਣ ਸਿੰਘਾਂ ਤੱਕ। ਇਸ ਕੁੜੀ ਨੇ ਸਿੰਘੇ ਦੇ ਵੀ ਗੀਤ ਨੂੰ ਗਾਇਆ ਸੀ ਅਤੇ ਉਸ ਤੋਂ ਬਾਅਦ ਸਿੰਘਾਂ ਉਹਨਾਂ ਦੀ ਆਵਾਜ਼ ਸੁਣ ਕੇ ਇੰਨਾ ਜ਼ਿਆਦਾ ਖੁਸ਼ ਹੋਏ ਕਿ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਇੱਕ ਪੋਸਟ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਇਸ ਕੁੜੀ ਦੇ ਨਾਲ ਗਾਣਾ ਗਾਉਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਆਖਿਰ ਇਹ ਹੈ ਕੌਣ। ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਪੋਸਟ। ਬਾਕੀ ਅਗਰ ਦੇਖਿਆ ਜਾਵੇ ਬੱਚੇ ਦੀ ਉਮਰ ਬਹੁਤ ਜ਼ਿਆਦਾ ਛੋਟੀ ਹੈ, ਪਰ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੇ ਗਾਣ ਦਾ ਅੰਦਾਜ਼ ਅਤੇ ਉਹਨਾਂ ਦੀ ਗਾਇਕੀ ਬਾ ਕਮਾਲ ਹੈ। ਟੈਲੈਂਟ ਚੰਗਾ ਹੋਵੇ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਟੈਲੈਂਟ ਨੂੰ ਅੱਗੇ ਲੈ ਕੇ ਆਈਏ। ਇੱਦਾਂ ਦਾ ਹੀ ਇੱਕ ਕਦਮ ਚੁੱਕ ਰਹੇ ਨੇ ਸਿੰਘਾ। ਪਰ ਤੁਸੀਂ ਇਸ ਵੀਡੀਓ ਤੋਂ ਬਾਅਦ ਕੀ ਕਹਿਣਾ ਚਾਹੁੰਦੇ ਹੋ ਅਤੇ ਤੁਸੀਂ ਇਸ ਬੱਚੇ ਦੇ ਲਈ ਆਪਣੀਆਂ ਕੀ ਦੁਆਵਾਂ ਦੇਣਾ ਚਾਹੁੰਦੇ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਅਤੇ ਹੁਣ ਮੈਂ ਚੱਲਦੀ ਹਾਂ, ਅਗਲੀ ਵਾਰ ਆਵਾਂਗੀ ਇੱਕ ਨਵੀਂ ਗੌਸਿਪ ਦੇ ਨਾਲ ਅਤੇ ਹੋਰ ਵੀ ਵਧੀਆ ਤੋਂ ਵਧੀਆ ਗੌਸਿਪਸ ਦੇ ਲਈ ਅਤੇ ਬਾਲੀਵੁੱਡ ਅਤੇ ਪਾਲੀਵੁੱਡ ਦੇ ਨਾਲ ਜੁੜੀਆਂ ਹੋਈਆਂ ਡੇਲੀ ਦੀਆਂ ਅਪਡੇਟਸ ਦੇ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਪ੍ਰੈਸ ਕਰ ਲਓ ਬੈਲ ਆਈਕਨ ਨੂੰ ਤਾਂ ਕਿ ਤੁਹਾਨੂੰ ਡੇਲੀ ਦੀਆਂ ਅਪਡੇਟਸ ਮਿਲਦੀਆਂ ਰਹਿਣ। ਅਤੇ ਹੁਣ ਮੈਂ ਚੱਲਦੀ ਹਾਂ, ਪਰ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ। ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ।